ਸੋ ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ, ਇੱਕੋ ਸਾਹਮਣੇ ਨੈੱਟ ਲੱਗਿਆ ਹੋਇਆ, ਉਹਦੇ ਕੁਝ ਬੱਚੇ ਜਿਹੜੇ ਸ਼ਰਾਰਤਾਂ ਕਰ ਰਹੇ ਨੇ, ਉੱਪਰ ਚੜ ਰਹੇ ਨੇ, ਉਹ ਨੈੱਟ ਬਹੁਤ ਕੀਮਤੀ ਹੈ। ਉਹ ਖਿਡਾਰੀਆਂ ਵਾਸਤੇ ਕੋਈ ਇਹਨਾਂ ਨੇ ਆਪਣਾ ਸਿਸਟਮ ਬਣਾਇਆ ਹੋਇਆ, ਪਲੀਜ਼ ਬੱਚਿਆਂ ਨੂੰ ਬੇਨਤੀ ਹੈ ਉਹਦੇ ਉੱਪਰ ਨਾ ਚੜੋ ਜੀ। ਲਓ ਤੁਹਾਡੇ ਆਪਣੇ ਗਾਇਕ ਜਨਾਬ ਲਾਭ ਹੀਰ। ਹਿੰਦੀ ਫਿਲਮਾਂ ਵਾਲਿਆਂ ਨੇ ਕਿਹਾ ਪਿਆਰ ਕੀਆ ਤੋਂ ਡਰਨਾ ਕਿਉਂ, ਕਈ ਵਾਰੀ ਇਹਦੇ ਵਿੱਚ ਡਰਪੋਕ ਬੰਦੇ ਪੰਗਾ ਲੈ ਲੈਂਦੇ ਆ, ਉਹ ਪਹਿਲੇ ਨੰਬਰ ਦਾ ਹੁੰਦਾ। ਜਦੋਂ ਕਿਸੇ ਦੀ ਮੁਹੱਬਤ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਨਾ, ਕਈ ਜਿਹੜੇ ਡਰਦੇ ਹੁੰਦੇ ਉਹ ਘਰੋਂ ਬਾਹਰ ਨਹੀਂ ਨਿਕਲਦੇ, ਵੀ ਯਾਰ ਜੇ ਬਾਹਰ ਨੂੰ ਜਾਵਾਂਗੇ ਨਾਲ ਦੇ ਖੇਡਣਗੇ, ਵੀ ਰਹਿ ਗਿਆ ਹੋਵੇ ਉਹੀ, ਫਿਰ ਵਿਚਾਰਾ ਆਪਣੇ ਆਪ ਨਾਲ ਗੱਲਾਂ ਨਹੀਂ ਕਰਦਾ ਕਰਦਾ ਕਿਤੇ ਕੰਧ ਕੌਲੇ ਦੇ ਨਾਲ ਲੱਗਿਆ ਬੈਠਾ ਹੁੰਦਾ ਵਿਚਾਰੇ ਯਾਰ। ਉਹ ਜਾਣੇ ਜਿਹੜਾ ਹੋਣਾ ਸੀ ਉਹ ਹੋ ਗਿਆ, ਹੁਣ ਕਰ ਵੀ ਕੀ ਸਕਦੇ ਆ, ਵੀ ਉਹ ਤਾਂ ਤੇਰਾ ਪਤਾ ਹੀ ਸੀ ਜੇ ਨਹੀਂ ਕੁਛ ਹੋਇਆ ਤਾਂ ਹੀ ਤਾਂ ਆ ਹੋਇਆ। ਇੱਕ ਹੁੰਦਾ ਦੂਸਰੇ ਨੰਬਰ ਦਾ, ਜਨਾਨਾ ਟੁੱਟਿਆ ਨਹੀਂ ਕਰ ਸਕਦਾ, ਉਹ ਕਿਸੇ ਦਾ ਸਾਹਮਣਾ ਨਹੀਂ ਕਰ ਸਕਦਾ, ਮਿਹਣਾ ਨਹੀਂ ਕਰ ਸਕਦਾ, ਆਪਣੇ ਆਪ ਨੂੰ ਜਿਉਂਦਾ ਜਾਗਦਾ ਵੀ ਉਹ ਕਬੂਲ ਨਹੀਂ ਕਰਦਾ, ਉਹ ਕੁਛ ਨਾ ਕੁਛ ਕਰਕੇ ਰੱਬ ਰੱਬ ਦੀ ਬੁੱਕਲ ਚ ਹੋ ਜਾਂਦਾ। ਅੱਜ ਵੀ ਦਾ ਦੁਨੀਆ ਇੱਕ ਹੁੰਦਾ ਤੀਸਰੇ ਨੰਬਰ ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਠੀਕ, ਟੁੱਟ ਗਈ ਤਾਂ ਟੁੱਟ ਗਈ ਸਹੀ, ਕੋਈ ਨਹੀਂ ਕੋਈ ਹੋਰ ਲੱਭ ਲਾਂਗੇ, ਉਹਨੂੰ ਕਿਸੇ ਦੇ ਤਾਨੇ ਦੀ ਪਰਵਾਹ ਨਹੀਂ, ਮਿਹਨੇ ਦੀ ਪਰਵਾਹ ਨਹੀਂ, ਉੱਪਰ ਦੀ ਪਰਵਾਹ ਨਹੀਂ, ਨੀਚੇ ਦੀ ਪਰਵਾਹ ਨਹੀਂ, ਉੱਤਰ ਦੀ ਪਰਵਾਹ ਨਹੀਂ, ਉੱਤਰ ਦੀ ਪਰਵਾਹ, ਬੱਚੇ ਦੀ ਪਰਵਾਹ ਨਹੀਂ, ਛੋਟੇ ਦੀ ਪਰਵਾਹ ਨਹੀਂ, ਸਗੋਂ ਜਿੱਧਰੋਂ ਕੰਮ ਜਾ ਵਿਗੜਿਆ ਉੱਥੇ ਖੜਨਾ ਜਾਣ ਜਾਣ ਕੇ ਜਾ ਜਾ ਕੇ, ਵੀ ਕਦੋਂ ਦਿਸੇ ਤੇ ਕਦੋਂ ਮੈਂ ਆਪਣੀ ਕੱਖ ਮਾਰ ਕੇ ਕਹਾਂ, ਕਦੋਂ ਦਿਸੇ ਤੇ ਕਹਾਂ ਵੀ ਨਹੀਂ ਜੇ ਇੱਧਰ ਦੀ ਆਏਗੀ ਮੂਹਰ ਦੇ ਮਿਲੋ ਭਾਜ। ਪਰ ਗੱਭਰੂ ਬੜਾ ਸਿਆਣਾ, ਕਿਸੇ ਲੜਾਈ ਝਗੜੇ ਦੀ ਗੱਲ ਨਹੀਂ ਕੀਤੀ, ਅਸੀਂ ਕਹਿੰਦਾ ਕਿਰਚਾਂ ਕਿਰਪਾਨਾਂ ਵਾਲੇ, ਰਾਈਫਲਾਂ ਰਿਵਾਲਵਰਾਂ ਵਾਲੇ ਨਹੀਂ, ਅਸੀਂ ਤਾਂ ਬਸ ਭਾਗਵਾਂ ਨੇ ਤੇਰੇ ਨਾਲ ਇੱਕੋ ਹੀ ਗੱਲ ਕਰਨੀ ਆ, ਜਿੱਦੇ ਟੱਕਰ ਗਈ ਕਿਤੇ ਵੀ ਤੈਨੂੰ ਆਖਣਾ ਹੀ ਆ ਵੀ ਭਾਗਵਾਂ ਨੇ ਤੂੰ ਤਾਂ ਜਿਹੜੀ ਕਰਨੀ ਸੀ ਕਰਦੀ ਨਹੀਂ, ਅਸੀਂ ਹੁਣ ਤੇਰੇ ਨਾਲ ਪਟਾਕਾ ਵਧੀਆ ਪੇਸ਼ ਹੋ, ਸੁਣਨਾ ਤੁਹਾਡਾ ਆਪਣਾ ਵੀ ਪੰਜ ਬਰਾਬਰ ਕੱਢਾਂਗੇ, ਤੁਹਾਡੀ ਫਰਮਾਇਸ਼ ਵੀ ਹੈ ਔਰ ਮੇਰੇ ਦਿਲ ਦੇ ਨੇੜੇ ਵੀ। ਮਿਹਰਬਾਨੀ ਨੌਜਵਾਨਾਂ ਵੱਲੋਂ ਫਰਮਾਇਸ਼ ਕੀਤੀ ਗਈ ਸੀ ਸਾਡੇ ਸਿੱਖ ਸਾਹਿਬ ਨੂੰ, ਅਰਜ਼ ਕਰ ਰਹੇ ਹਾਂ ਪੰਜ ਬਰਾਬਰ ਸਤਿਕਾਰਯੋਗ ਮੇਰੇ ਵੀਰ ਜੀ, ਹੋਰ ਵੀ ਸੱਜਣ ਸਤਿਕਾਰਯੋਗ ਆਏ ਬੈਠੇ ਹੈ, ਹਰ ਪ੍ਰੇਮ ਪਿਆਰੀ ਜੀ ਛਿੰਨਿਆਂ ਵਾਲੇ, ਮੈਂ ਤਹਿ ਦਿਲੋਂ ਸਵਾਗਤ ਕਰਦਾ, ਹੋਰ ਵੀ ਬੜੀਆਂ ਮਹਾਨ ਹਸਤੀਆਂ ਵਿਰਾਜਮਾਨ ਹੋਈਆਂ ਨੇ, ਸਵਾਗਤ ਕਰਦਾ ਜੀ ਬੜੀਆਂ।
ਰਹਿੰਦੀ ਰਹਿੰਦੀ ਭਾਈ ਬਲਰਾਜ ਭੋਲਾ ਜੀ ਉਹਨਾਂ ਵੱਲ ਬਹੁਤ ਸਾਰਾ ਮਾਣ ਆਇਆ। ਇੱਕ ਮੈਨੂੰ ਨਿਸ਼ਾਨੀ ਹੋਰ ਬਹੁਤ ਯਾਦ ਆਈ ਹੈ, ਮੈਂ 6ਵੀਂ ਕਲਾਸ 'ਚ ਪੜ੍ਹਦਾ ਸੀ ਕੁਲਾਣੇ, ਅਤੇ ਸਾਡੇ ਮਾਣਯੋਗ ਸਰਪੰਚ ਸਾਹਿਬ, ਸਾਬਕਾ ਸਰਪੰਚ ਸਾਹਿਬ ਮਾਣਯੋਗ ਲਕਸ਼ਮੀ ਕੁਲਾਣਾ ਜੀ, ਉਸ ਪਰਿਵਾਰ ਵੱਲੋਂ ਵੀ ਮੈਨੂੰ ਮਾਣ ਆਇਆ। ਤਹਿ ਦਿਲ ਧੰਨਵਾਦੀ ਹਾਂ।